ਸ਼ਹਿਰ ਦੇ ਬਾਹਰ-ਬਾਹਰ ਇੱਕ ਵੱਡਾ ਪਿੱਪਲ ਦਾ ਦਰਖਤ ਸੀ ਉਸ ਉੱਪਰ ਕਈ ਪੰਛੀਆਂ ਦੇ ਆਲ ਨੇ ਪਾਏ ਹੋਏ ਸਨ ਇੱਕ ਕਾਂ ਵੀ ਆਪਣੇ ਪਰਿਵਾਰ ਨਾਲ ਉਸ ਪਿੱਪਲ ਉੱਪਰ ਰਹਿੰਦਾ ਸੀ ਸ਼ਹਿਰ ਨੇੜੇ ਹੋਣ ਕਾਰਨ ਕਾਂ ਕੀ ਤੋਂ ਨਾ ਕੀ ਤੋਂ ਠੱਗੀ ਠੋਰੀ ਮਾਰ ਕੇ ਆਪਣਾ ਵਧੀਆ ਗੁਜ਼ਾਰਾ ਚਲਾਈ ਜਾਂਦਾ ਸੀ ਆਮ ਤੌਰ ਤੇ ਉਹ ਇੱਕ ਸਕੂਲ ਦੇ ਬੰਨੇ ਉੱਪਰ ਜਾ ਬੈਂਦਾ ਅੱਧੀ ਛੁੱਟੀ ਵੇਲੇ ਜਦੋਂ ਬੱਚੇ ਆਪੋ ਆਪਣੇ ਡੱਬਿਆਂ ਵਿੱਚ ਰੋਟੀ ਖਾ ਰਹੇ ਹੁੰਦੇ ਤਾਉ ਚਪਟਾ ਮਾਰ ਕੇ ਇੱਕਦ ਬੱਚੇ ਦੀ ਰੋਟੀ ਖੋ ਕੇ ਉੱਡ ਜਾਂਦਾ। ਬੱਚਾ ਵਿਚਾਰਾ ਕਦੇ ਆਪਣੇ ਖਾਲੀ ਡੱਬੇ ਵੱਲ ਦੇਖਦਾ ਤੇ ਕਦੇ ਉੱਡਦੇ ਕਾਂ ਦੇ ਮੂੰਹ ਵਿੱਚ ਫੜੀ ਰੋਟੀ ਨੂੰ। ਕੁਝ ਧੇਰ ਪਿੱਛੋਂ ਉਸੇ ਪਿੱਪਲ ਉੱਪਰ ਇੱਕ ਹੋਰ ਕਾਂ ਆ ਕੇ ਡੇਰਾ ਲਾ ਲਿਆ। ਪਹਿਲਾ ਕਾਂ ਉਸ ਨਾਲ ਬੜੀ ਈਰਖਾ ਕਰਨ ਲੱਗ ਪਿਆ। ਉਹ ਨਹੀਂ ਸੀ ਚਾਹੁੰਦਾ ਕਿ ਇਸ ਦਰਖਤ ਉੱਪਰ ਕੋਈ ਹੋਰ ਕਾਂ ਆ ਕੇ ਰਹੇ। ਪਹਿਲਾ ਕਾਂ ਕਿਸੇ ਨਾ ਕਿਸੇ ਬਹਾਨੇ ਨਵੇਂ ਕਾਂ ਨਾਲ ਪੰਗੇ ਲਈ ਰੱਖਦਾ। ਪਹਿਲੇ ਕੁਝ ਦਿਨ ਤਾਂ ਨਵੇਂ ਕਾਨੂੰ ਨਵਾਂ ਮਾਹੌਲ ਸਮਝਣ ਵਿੱਚ ਲੱਗ ਗਏ ਇਸ ਕਰਕੇ ਉਹ ਪਹਿਲੇ ਕਾਮੀਆਂ ਵਧੀਕੀਆਂ ਸੰਧਾ ਰਿਹਾ ਪਰ ਹੌਲੀ-ਹੌਲੀ ਉਹ ਪੁਰਾਣੇ ਕਾਨੂੰ ਅੱਗੋਂ ਪੂਰੇ ਜਵਾਬ ਦੇਣ ਲੱਗਾ ਇੱਕ ਦਿਨ ਪੁਰਾਣਾ ਕਾ ਨਵੇਂ ਕਾਨੂੰ ਕਹਿਣ ਲੱਗਾ ਓਏ ਤੂੰ ਆਪਣੇ ਆਪ ਨੂੰ ਬੜਾ ਬਲਵਾਨ ਸਮਝਦਾ ਏ ਤੂੰ ਮੇਰੇ ਜਿੰਨਾ ਭਾਰ ਚੁੱਕ ਕੇ ਉੱਚੀ ਉਡਾਰੀ ਲਾ ਕੇ ਦਿਖਾ ਤਾਂ ਮੈਂ ਤੈਨੂੰ ਮੰਨਾਂ ਤੇਰੇ ਨਾਲੋਂ ਮੈਂ ਤਕੜਾ ਨਹੀਂ ਯਕੀਨਤਾ ਇੱਕੋ ਜਿੰਨਾ ਭਾਰ ਪੰਜਿਆਂ ਵਿੱਚ ਫੜ ਕੇ ਉੱਡਦੇ ਹਾਂ ਵੇਖਦੇ ਹਾਂ ਜਿਆਦਾ ਉਚਾਈ ਤੱਕ ਕੌਣ ਉੱਡ ਸਕਦਾ ਹੈ ਜਿਹੜਾ ਜਿਆਦਾ ਉਚਾਈ ਤੱਕ ਉੱਡੇਗਾ ਉਹ ਜਿਆਦਾ ਤਾਕਤਵਰ ਹੋਵੇਗਾ ਨਵੇਂ ਕਾਂ ਨੂੰ ਆਪਣੀ ਜਵਾਨੀ ਤੇ ਮਾਣ ਸੀ ਪਹਿਲਾ ਕਾਂ ਨਵੇਂ ਕਾਂ ਨਾਲ ਸਹਿਮਤ ਹੋ ਗਿਆ ਉਸਨੇ ਕਿਹਾ ਤੇਰੀ ਗੱਲ ਬਿਲਕੁਲ ਠੀਕ ਹੈ ਪਰ ਮੇਰੀ ਇੱਕ ਸ਼ਰਤ ਹੈ ਕਿ ਜਿਹੜਾ ਕਾਂ ਹਾਰ ਜਾਵੇਗਾ ਉਹ ਇਸ ਪਿੱਪਲ ਉੱਤੋਂ ਆਪਣਾ ਟੱਬਰ ਤੋੜ ਚੁੱਕ ਕੇ ਕਿਸੇ ਹੋਰ ਪਾਸੇ ਨਿਕਲ ਜਾਵੇ ਬਿਲਕੁਲ ਠੀਕ ਨਵੇਂ ਕਾਂ ਨੇ ਆਪਣੀ ਸਹਿਮਤੀ ਦੇ ਦਿੱਤੀ ਪੁਰਾਣਾ ਕਾਂ ਕਹਿਣ ਲੱਗਾ ਹੁਣ ਮੈਂ ਜਾ ਕੇ ਇੱਕੋ ਜਿਹੇ ਭਾਰ ਦੀਆਂ ਦੋ ਥੈਲੀਆਂ ਬਣਾਉਂਦਾ ਹਾਂ ਕੱਲ ਸਵੇਰੇ ਅਸੀਂ ਮੁਕਾਬਲਾ ਸ਼ੁਰੂ ਕਰਾਂਗੇ ਕਾਂ ਬਾਕੀ ਪੰਛੀਆਂ ਨਾਲੋਂ ਬੜਾ ਚਲਾਕ ਹੁੰਦਾ ਹੈ ਪਰ ਪਹਿਲਾ ਕਾਂ ਤਾਂ ਲੋੜ ਤੋਂ ਜ਼ਿਆਦਾ ਚਲਾਕ ਸੀ ਉਸਨੇ ਆਪਣੇ ਆਰ ਨੇ ਵਿਖਾ ਕੇ ਇੱਕ ਯੋਜਨਾ ਬਣਾਈ ਉਸਨੇ ਦੋ ਨਿੱਕੀਆਂ ਇੱਕੋ ਜੀਆਂ ਥੈਲੀਆਂ ਲੈ ਕੇ ਇੱਕ ਵਿੱਚੋਂ ਰੂਪ ਭਰ ਦਿੱਤਾ ਦੂਜੀ ਵਿੱਚ ਲੂਣ ਉੱਪਰੋਂ ਵੇਖਣ ਨੂੰ ਬਿਲਕੁਲ ਇੱਕੋ ਜਿਹਿਆਂ ਲੱਗਦੀਆਂ ਸਨ ਅਗਲਾ ਦਿਨ ਚੜਿਆ ਪਹਿਲਾ ਕਾਂ ਆਪਣੀ ਚਲਾਕੀ ਕਰਕੇ ਬੜਾ ਖੁਸ਼ ਸੀ ਉਹ ਸੋਚ ਰਿਹਾ ਸੀ ਕਿ ਉਹ ਤਾਂ ਜਿੱਤਿਆ ਹੀ ਪਿਆ ਹੈ ਅੱਜ ਸ਼ਾਮੀ ਹੀ ਨਵੇਂ ਕਾਂ ਦਾ ਬਿਸਤਰਾ ਘੋਲ ਕਰ ਦੇਣਾ ਹੈ ਇਸੇ ਖੁਸ਼ੀ ਵਿੱਚ ਉਹ ਆਵਾਜ਼ਾਂ ਦੇਣ ਲੱਗਿਆ ਓਏ ਪਹਿਲਵਾਨਾ ਦਿਨ ਚੜ ਗਿਆ ਏ ਆ ਰਿਹਾ ਹਾਂ ਕਾਲਾ ਕਾਂ ਨੂੰ ਪੈਂਦਾ ਏ ਦੂਜੇ ਕਾਨੇ ਕਿਹਾ ਇੰਨੇ ਵਿੱਚ ਪਹਿਲੇ ਕਾਂ ਨੇ ਪਿੱਪਲ ਉੱਪਰ ਰਹਿੰਦੇ ਦੂਜੇ ਪੰਛੀਆਂ ਨੂੰ ਵੀ ਬੁਕਾਵਲਾ ਵੇਖਣ ਲਈ ਬੁਲਾ ਲਿਆ ਅਤੇ ਦੋਵਾਂ ਵਿੱਚ ਲੱਗੀ ਸ਼ਰਤ ਬਾਰੇ ਵੀ ਦੱਸ ਦਿੱਤਾ ਉਸ ਨੂੰ ਪਤਾ ਸੀ ਕਿ ਜਿੱਤਣਾ ਤਾਂ ਉਸਨੇ ਹੀ ਹੈ ਦੂਜਾ ਕਾਂ ਲੈਣ ਵਿੱਚੋਂ ਨਿਕਲਿਆ ਪਹਿਲੇ ਕਾਂ ਨੇ ਲੂਣ ਵਾਲੀ ਥੈਲੀ ਉਸ ਨੂੰ ਪੰਜੇ ਵਿੱਚ ਫੜਾ ਦਿੱਤੀ ਅਤੇ ਰੂਮ ਵਾਲੀ ਆਪਣੇ ਪੰਜੇ ਵਿੱਚ ਫੜ ਲਈ ਦੋਵਾਂ ਨੇ ਜਦੋਂ ਥੈਲੀਆਂ ਚੰਗੀ ਤਰ੍ਹਾਂ ਫੜ ਲਈਆਂ ਤਾਂ ਇੱਕ ਤੋਤੇ ਨੇ ਟਰਿੰ ਟਰਿੰ ਕਰਕੇ ਆਪਣੀ ਸੀੜੀ ਵਜਾ ਦਿੱਤੀ ਦੋਵੇਂ ਕਾਂ ਉੱਡ ਪਏ ਪਹਿਲਾ ਕਾਂ ਦੀ ਰੂਹ ਵਾਲੀ ਥੈਲੀ ਹਲਕੀ ਹੋਣ ਕਰਕੇ ਉਹ ਤੇਜ਼ੀ ਨਾਲ ਉੱਪਰ ਨੂੰ ਉੱਡ ਗਿਆ ਦੂਜੇ ਕਾਂ ਦੀ ਲੂਣ ਵਾਲੀ ਥੈਲੀ ਭਾਰੀ ਹੋਣ ਕਰਕੇ ਉਹ ਹੌਲੀ-ਹੌਲੀ ਉੱਡ ਰਿਹਾ ਸੀ ਦੋਵਾਂ ਨੂੰ ਉੱਡਦਿਆਂ ਅਜੇ 10 ਮਿੰਟ ਹੀ ਹੋਏ ਸੀ ਕਿ ਵੇਖਦਿਆਂ ਵੇਖਦਿਆਂ ਕਾਲੀ ਘਟਾ ਝੜ ਆਈ ਅਤੇ ਮੀਂਹ ਵਸਣਾ ਸ਼ੁਰੂ ਹੋ ਗਿਆ ਮੀਂਹ ਨਾਲ ਪਹਿਲੇ ਕਾਂ ਦੀ ਥੈਲੀ ਵਿੱਚ ਵਿਚਲਾ ਰੂਹ ਭਾਰਾ ਹੋਣਾ ਸ਼ੁਰੂ ਹੋ ਗਿਆ ਅਤੇ ਦੂਜੇ ਕਾਂ ਦੀ ਥੈਲੀ ਵਿੱਚੋਂ ਰੂਹ ਖੁਰਨ ਲੱਗ ਪਿਆ ਅਤੇ ਉਹ ਹਲਕੀ ਹੋਣੀ ਸ਼ੁਰੂ ਹੋ ਗਈ ਮੀ ਵਸੀ ਜਾਵੇ ਪਹਿਲੇ ਕਾਂ ਦੀ ਥੈਲੀ ਭਾਰੀ ਹੋਈ ਜਾਵੇ ਅਤੇ ਦੂਜੇ ਕਾਂ ਦੀ ਥੈਲੀ ਹਲਕੀ ਦੂਜੇ ਕਾਂ ਨੇ ਹਲਕੀ ਹੋਈ ਥੈਲੀ ਕਰਕੇ ਉੱਚੀ ਉਡਾਰੀ ਲਾਉਣੀ ਸ਼ੁਰੂ ਕਰ ਦਿੱਤੀ ਪਹਿਲਾ ਕਾਂ ਭਾਰੀ ਹੋਈ ਥੈਲੀ ਕਰਕੇ ਥੱਲੇ ਆਉਣਾ ਸ਼ੁਰੂ ਹੋ ਗਿਆ ਅਖੀਰ ਉਸ ਦੀ ਥੈਲੀ ਇੰਨੀ ਭਾਰੀ ਹੋ ਗਈ ਕਿ ਉਹ ਜ਼ਮੀਨ ਤੇ ਪਟਾਕੇ ਕਰਕੇ ਡਿੱਗ ਪਿਆ ਦੂਜਾ ਕਾਂ ਮ제 ਨਾਲ ਹੋਰ ਉੱਚੀ ਉਡਾਰੀ ਲਾਉਂਦਾ ਰਿਹਾ ਇਸ ਲਈ ਕਦੇ ਵੀ ਦੂਜਿਆਂ ਬਾਰੇ ਬੁਰਾ ਨਹੀਂ ਸੋਚਣਾ ਚਾਹੀਦਾ Tän vaat.